भाई अजमल 28,000 चूजियां की हिफाजत करना मेरा खास अल्लाह का करम है। मेरे से मैनू अल्लाह ने जिम्मेदारी दी है, मैं उनकी केयर करना वो मेहनत करना। भाई 40 तो उत्ते टेंपरेचर गया फिर भी कुछ नहीं जे बचना, जे अगर तुम 25 तो थले गया टेंपरेचर फिर भी कुछ नहीं जे बचना। भाई अजमल यो तो चस है, एक महीने का वेचो फिर भी प्रॉफिट है, दो महीने का वेचो फिर भी प्रॉफिट है, तीन महीने का वेचो फिर भी प्रॉफिट है, चार महीने का करो फिर भी प्रॉफिट है। अस्सलाम वालेकुम। वालेकुम सलाम जी। सफदर भाई की हाल ने? ठीक ठाक दुआ ढाडी। सुनाओ कम कैसा जा रहा है? शुक्र अलहमदुल्ला। ਕਿੰਨੀਆਂ ਨੰਨੀਆਂ ਮੁੰਨੀਆਂ ਜ਼ਿੰਦਗੀਆਂ ਨੇ ਇਸ ਵਕਤ ਤੁਹਾਡੇ ਕੋਲ? 11,000 ਚੂਜ਼ਾ ਜੀ ਇਹ ਫਾਰਮ 'ਤੇ ਮੌਜੂਦ ਹੈ, 10,000 ਚੂਜ਼ਾ ਦੂਜੇ ਫਾਰਮ 'ਤੇ ਆਉਣਾ ਹੈ 7-3 ਤਰੀਕ ਨੂੰ, ਫਿਰ ਉਸ ਤੋਂ ਬਾਅਦ 10 ਤਰੀਕ ਨੂੰ ਆਉਣਾ। ਬੜੀਆਂ ਬੜੀਆਂ ਮੁਰਗੀਆਂ ਰੰਗ ਬਿਰੰਗੀਆਂ ਬਰੀਡਾਂ ਪਾਕਿਸਤਾਨ ਵਿੱਚ ਆਈਆਂ, ਲੇਕਿਨ ਤੁਸੀਂ ਇਹ ਬਰੀਡ ਦੀ ਜਾਨ ਨਹੀਂ ਛੱਡੀ, ਵਜ੍ਹਾ ਕੀ ਹੈ? ਇਹ ਭਾਈ ਜਾਨ ਹਰ ਬੰਦਾ ਅਫੋਰਡ ਕਰ ਸਕਦਾ ਇਹਨੂੰ, ਇਹ ਸਸਤੀ ਬਰੀਡ ਹੈ ਅਤੇ ਤਜਰਬਾ ਹਾਸਲ ਕੀਤਾ ਜਾ ਸਕਦਾ। ਅੱਛਾ ਇਹਦਾ ਨਾਂ ਕੀ ਹੈ? ਇਹ ਮਿਸਰੀ ਗੋਲਡਨ, ਸਿਲਵਰ ਗੋਲਡਨ, ਇਹ ਸਿਲਵਰ ਗੋਲਡਨ ਹੈ ਸਾਡੇ ਕੋਲ। ਜਿਹੜਾ ਸਿਲਵਰ ਗੋਲਡਨ ਅਤੇ ਮਿਸਰੀ ਗੋਲਡਨ ਵਿੱਚ ਕੀ ਫਰਕ ਹੈ? ਇਹ ਜਿਹੜਾ ਥੋੜ੍ਹਾ ਇਹਦਾ ਸਾਈਜ਼ ਵੱਡਾ ਹੋ ਜਾਂਦਾ। ਇਹਦਾ ਮਕਸਦ ਕੀ ਹੁੰਦਾ? ਮੀਟ ਮਕਸਦ ਹੁੰਦਾ ਜਾਂ ਅੰਡੇ ਮਕਸਦ ਹੁੰਦਾ? ਅੰਡੇ ਵੀ ਮੋਟੇ ਹੁੰਦੇ ਨੇ ਅਤੇ ਇਹਦਾ ਮੀਟ ਵੀ, ਗੋਸ਼ਤ ਕਿਸੇ ਨੇ ਅਤੇ ਗੋਸ਼ਤ ਵੀ ਮੋਟਾ ਮਾਲ ਚੂਜ਼ਾ ਹੁੰਦਾ। ਠੀਕ ਹੈ, ਅਤੇ ਐਵਰੇਜ ਗੋਲਡਨ ਮਿਸਰੀ ਨਾਲ ਚੰਗੀ ਹੁੰਦੀ ਹੈ ਜਾਂ ਘੱਟ ਹੁੰਦੀ ਹੈ? ਇਹਦੀ ਜ਼ਿਆਦਾ ਹੁੰਦੀ ਹੈ। ਅੱਛਾ ਇਹ ਦੱਸੋ ਕਿ ਤੁਸੀਂ ਕਹਿੰਦੇ ਹੋ ਕਿ ਇਹ ਮੁਰਗੀ ਉਹ ਮੁਰਗੀ ਹੈ ਜਿਹੜੀ ਹਰ ਜਗ੍ਹਾ ਚੱਲ ਜਾਂਦੀ ਹੈ, ਇਹਦੇ ਕੋਲ ਪੈਸੇ ਕਮਾਉਣ ਦੇ ਕਿੰਨੇ ਕੁ ਤਰੀਕੇ ਨੇ? ਇਹਦੇ ਕੋਲ ਪੈਸੇ ਕਮਾਉਣ ਦੇ ਬੜੇ ਤਰੀਕੇ ਨੇ। ਹੁਣ 12 ਦਿਨ ਦਾ ਕੀਤਾ, ਸਾਨੂੰ ਵੀ ਅੱਲਾ ਸ਼ੁਕਰ ਹੈ ਸਾਨੂੰ ਕੁਝ ਦੇ ਕੇ ਜਾਏਗੀ। ਅੱਗੋਂ ਜਾ ਕੇ ਜਿੰਨੇ ਬੰਦੇ ਨੇ ਲੈਣੀ ਹੈ ਭਾਰੇ ਕਰਨੀ ਹੈ, ਇਹ ਤਕਰੀਬਨ 120 ਰੁਪਏ ਨਗ ਪੈਣਾ 2 ਮਹੀਨੇ ਦਾ ਕਰਕੇ। ਅੱਛਾ, ਇਹ ਤਕਰੀਬਨ 200 ਰੁਪਏ ਦਾ ਨਗ ਵਿਕ ਜਾਣਾ ਅਗਰ ਹੋਲਸੇਲ ਰੇਟ ਦੇ ਵੇਚਣਗੇ ਤੇ, ਜੇਕਰ ਪ੍ਰਚੂਨ 'ਚ ਵੇਚਣਗੇ ਤੇ ਕਮ ਸੇ ਕਮ 250 ਦਾ ਇੱਕ ਨਗ ਜਾਣਾ। ਲੋਕਾਂ ਨੇ ਤੁਹਾਨੂੰ ਬੜੀ ਮੁਹੱਬਤ ਦਿੱਤੀ ਹੈ, ਤੁਹਾਡੀ ਬੜੀ ਇੱਜ਼ਤ ਹੈ ਮਾਸ਼ਾਅੱਲਾ, ਹੁਣ ਤੁਸੀਂ ਲੋਕਾਂ ਨੂੰ ਕੀ ਦੇਣ ਲੱਗੇ ਹੋ? ਅਸੀਂ ਜੀ ਛੋਟਾ ਚੂਜ਼ਾ ਅਗਰ ਕੋਈ ਨਵੇਂ ਬੰਦੇ ਕੰਮ ਕਰਨਾ ਚਾਹੁੰਦੇ ਨੇ, ਛੋਟਾ ਚੂਜ਼ਾ ਇਸ ਵਾਸਤੇ ਦੇਣ ਲੱਗੇ ਕਿ ਇਹਦੇ ਵਿੱਚ ਮੈਟੈਲਿਟੀ ਖਤਮ ਹੋ ਜਾਂਦੀ ਹੈ, 12-11 ਦਿਨ ਦੇ ਚੂਜ਼ੇ ਵਿੱਚ ਮੈਟੈਲਿਟੀ ਖਤਮ ਹੋ ਜਾਂਦੀ ਹੈ। ਦਵਾਈਆਂ ਦੇ ਕੋਰਸ ਅਸੀਂ ਆਪਣੇ ਕੋਲ ਕਰਵਾ ਦਿੰਦੇ ਹਾਂ, ਬਾਲਣ ਸਾਰਾ ਇਹ ਇਹਨੇ 2 ਭੱਠੀਆਂ, ਇੱਕ 10-11 ਹਜ਼ਾਰ ਚੂਜ਼ੇ ਵਾਸਤੇ 2 ਭੱਠੀਆਂ ਦੀ ਜ਼ਰੂਰਤ ਹੈ। ਅਗਰ ਤੁਸੀਂ 2,000 ਚੂਜ਼ਾ ਪਾਓਗੇ ਤਾਂ ਵੀ 2 ਭੱਠੀਆਂ ਲੱਗਣੀਆਂ ਨੇ, ਇਸ ਵਾਸਤੇ ਉਹ ਭੱਠੀਆਂ ਦਾ ਖਰਚਾ ਵੀ ਵੱਧ ਜਾਂਦਾ, ਦੂਜੇ ਨੰਬਰ ਦਵਾਈਆਂ ਦਾ ਖਰਚਾ ਵੱਧ ਜਾਂਦਾ, ਵੈਕਸੀਨਾਂ ਦਾ ਖਰਚਾ ਵੱਧ ਜਾਂਦਾ। ਚਲੋ ਆਸਾਨ ਲਫਜ਼ਾਂ ਵਿੱਚ ਸਮਝਾਓ ਕਿ ਅਗਰ ਕੋਈ ਬੰਦਾ ਜਾਂ ਬੰਦੀ ਤੁਹਾਡੇ ਕੋਲ 500 ਜਾਂ 1,000 ਚੂਜ਼ਾ ਲੈ ਕੇ ਅਤੇ ਉਹਨੂੰ 1 ਮਹੀਨੇ ਦਾ ਵੇਚਦੇ ਨੇ ਜਾਂ 2 ਮਹੀਨੇ ਦਾ ਕਰਕੇ ਵੇਚਦੇ ਨੇ, ਤਾਂ ਉਹਦਾ ਪ੍ਰੋਫਿਟ ਕਿੰਨਾ ਕੁ ਮਿਲ ਜਾਂਦਾ ਹੈ? ਇਨਸ਼ਾਅੱਲਾ ਤਾਲਾ ਕਮ ਸੇ ਕਮ 2 ਮਹੀਨੇ ਦਾ ਕਰਨ ਅਤੇ 200 ਰੁਪਏ ਦਾ ਨਾਗ ਇਨਸ਼ਾਅੱਲਾ ਵਿਕੇਗਾ। ਇੰਨਾ ਚੂਜ਼ਾ ਵੇਚਣ ਕਿੱਥੇ ਜਾਣਗੇ ਲੋਕ? ਇਹ ਚੂਜ਼ਾ ਜਿਹੜਾ ਜਿਸ ਇਲਾਕੇ ਵਿੱਚ ਪਾਇਆ ਜਾਂਦਾ ਨਾ ਉੱਥੇ ਬਿਲਕੁਲ ਘੱਟ, ਹਰ ਇਲਾਕੇ ਵਿੱਚ ਇੰਨਾ ਮਾਲ ਨਹੀਂ ਹੁੰਦਾ ਜਿੰਨਾ ਸਾਡੇ ਇਲਾਕੇ 'ਚ। ਉਹ ਜਿਸ ਇਲਾਕੇ 'ਤੇ ਤੁਸੀਂ ਮਾਲ ਜਿਸ 'ਤੇ ਪਾਉਂਦੇ ਹੋ ਨਾ ਉੱਥੇ ਜਾ ਕੇ ਬਹੁਤ ਜ਼ਿਆਦਾ ਲੋਕ ਪੁੱਛਦੇ ਨੇ ਯਾਰ ਤੁਹਾਨੂੰ ਚੂਜ਼ਾ ਦੇ ਦਿਓ, ਉੱਥੇ 1,000-1,200 ਚੂਜ਼ਾ 1,500 ਦੇ ਇਸ ਤਰ੍ਹਾਂ ਵਿਕ ਜਾਂਦਾ ਪ੍ਰਚੂਨ। ਉਂਝ ਤਰੀਕੇ ਘਰ ਕੀ ਹੈ? ਫੇਰੀ ਵਾਲਿਆਂ ਨੂੰ ਆਵਾਜ਼ ਮਾਰਨਗੇ ਲੋਕ? ਹਾਂਜੀ, ਫੇਰੀ ਵਾਲੇ ਵੀ ਉੱਧਰ ਹੁੰਦੇ ਨੇ, ਫੇਰੀ ਵਾਲੇ ਨੂੰ ਤਾਂ ਇੱਕ ਨੂੰ ਦੱਸਣਗੇ ਉਹ ਸਾਰੇ ਇਕੱਠੇ ਹੋ ਕੇ ਆ ਜਾਣਗੇ। ਅਤੇ ਅਗਰ ਕੋਈ ਲੋਕ ਤੁਹਾਡੇ ਕੋਲੋਂ ਪਰਚੇਜ਼ਿੰਗ ਕਰਕੇ ਫਿਰ ਉਹਨੂੰ ਵੇਚਣਾ ਚਾਹਣਗੇ ਤਾਂ ਤੁਸੀਂ ਵੀ ਹੈਲਪ ਕਰੋਗੇ? ਜਿਹੜਾ ਨਜ਼ਦੀਕ ਮੇਰੇ ਇੱਥੇ ਨਜ਼ਦੀਕ ਹੈ ਸਿਆਲਕੋਟ, ਗੁਜਰਾਂਵਾਲਾ ਜਾਂ ਲਾਹੌਰ, ਉਹਨਾਂ ਵਾਸਤੇ ਅਸੀਂ ਹੈਲਪ ਕਰ ਸਕਦੇ ਹਾਂ, ਅਤੇ ਜੇਕਰ ਦੂਰ ਜਿਹੜਾ ਉਹਦੇ ਵਾਸਤੇ ਹੈਲਪ ਨਹੀਂ ਕਰ ਸਕਦੇ। ਅੱਛਾ, ਇਹ ਚੂਜ਼ਾ ਤੁਸੀਂ ਕਿੰਨੀ ਦੇਰ ਦਾ ਕਰਕੇ ਵੇਚ ਲਓਗੇ? 10 ਦਿਨ 12 ਦਿਨ 15 ਦਿਨ ਜਾਂ ਮਹੀਨਾ? ਇਹ 12 ਦਿਨ ਦਾ 10 ਦਿਨ ਦਾ ਚੂਜ਼ਾ ਸਾਡੇ ਕੋਲ ਖਤਮ ਹੋ ਜਾਣਾ ਸਾਰਾ ਹੀ, ਸਾਡੇ ਗਾਹਕ ਲੱਗੇ ਨੇ। 10 ਦਿਨ ਦੇ ਵਿੱਚ ਮੁੱਕ ਜਾਣਾ? ਹਾਂਜੀ। ਅੱਛਾ, 12 ਦਿਨ ਦੇ ਵਿੱਚ? ਅਤੇ ਇਹ 10 ਦਿਨ ਦਾ ਚੂਜ਼ਾ ਤੁਸੀਂ ਕਿਸ ਤਰ੍ਹਾਂ ਵੇਚਦੇ ਹੋ? ਇਹ ਜਿਹੜੇ ਬੰਦੇ ਆਉਂਦੇ ਨੇ ਸਾਡੇ ਕੋਲ ਉਹ ਫੇਰੀਆਂ ਲੈ ਕੇ ਜਾਂਦੇ ਨੇ, ਉਹ ਡੀਲਰ ਹੁੰਦੇ ਨੇ ਵੱਡੇ, ਉਹ ਇਕੱਠਾ 2,000-3,000 ਚੂਜ਼ਾ ਸਾਡੇ ਕੋਲ ਆ ਜਾਂਦੇ ਨੇ, ਉਹ ਅੱਗੇ ਜਾ ਕੇ ਪਿੰਜਰੀਆਂ ਵਾਲੇ ਪਵਾਉਂਦੇ ਨੇ, ਉਹ ਪਿੰਜਰੀਆਂ ਵਾਲੇ ਪਿੰਡਾਂ ਵਿੱਚ ਜਾ ਕੇ ਵੇਚਦੇ ਨੇ। ਅੱਛਾ, ਇਹ ਜਿਹੜਾ ਮਹੀਨਾ ਜਨਵਰੀ ਦਾ ਅੱਜ 28 ਤਰੀਕ ਹੈ, ਇਹ ਮਹੀਨਾ ਚੂਜ਼ਿਆਂ ਵਾਸਤੇ ਕੈਸਾ ਜਾ ਰਿਹਾ? ਇਹ ਮਹੀਨਾ ਬਿਹਤਰੀਨ ਸੀਜ਼ਨ ਸ਼ੁਰੂ ਹੋ ਗਿਆ, ਇਹ 4th-5th ਮਹੀਨੇ ਤੱਕ ਚੱਲਣਾ। ਅੱਛਾ, ਇਹ ਦੱਸੋ ਕਿ ਅਗਰ ਕੋਈ ਬੰਦਾ ਜਾਂ ਬੰਦੀ ਤੁਹਾਡੇ ਕੋਲ 12 ਦਿਨ ਦਾ ਚੂਜ਼ਾ ਲੈਂਦੇ ਨੇ ਜਾਂ ਲੈਂਦੀਆਂ ਨੇ, ਅਤੇ ਉਹ ਆਪੇ ਚੂਜ਼ਾ ਪਾ ਕੇ 12 ਦਿਨ ਦਾ ਕਰ ਲੈਣ, ਤੁਹਾਡੇ ਕੋਲ ਲੈਣ ਦਾ ਕੀ ਫਾਇਦਾ? ਸਾਡੇ ਕੋਲ ਲੈਣ ਦਾ ਫਾਇਦਾ ਹੈ ਕਿ ਇਹਦੇ ਵਿੱਚ ਖਰਚਾ ਜਿਹੜਾ ਨਾ ਦਵਾਈਆਂ ਦਾ ਉਹ ਜ਼ੀਰੋ ਹੁੰਦਾ, ਕਿਉਂਕਿ ਅਸੀਂ ਪੂਰੇ ਮਾਲ ਵਾਸਤੇ ਦਵਾਈ 15-15 ਹਜ਼ਾਰ ਦੇ ਡੱਬੇ ਨੇ, 20-20 ਹਜ਼ਾਰ ਦੇ ਡੱਬੇ ਨੇ, ਉਹ ਹਰ ਬੰਦਾ ਫੋਨ ਨਹੀਂ ਕਰ ਸਕਦਾ ਕਿ 1,000 ਚੂਜ਼ਾ ਪਾਏ ਅਤੇ 15 ਹਜ਼ਾਰ ਦਾ ਡੱਬਾ ਲਿਆਏ। ਉਹ ਡੱਬੇ ਵੀ ਅਸੀਂ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਇਹਨੂੰ ਵੈਕਸੀਨਾਂ ਕਰਵਾ ਕੇ, 2 ਵੈਕਸੀਨਾਂ ਕਰਵਾ ਕੇ ਦੇਣੀਆਂ, ਦਵਾਈ ਦਾ ਖਰਚਾ ਸਾਰਾ ਸਾਡੇ ਜ਼ਿੰਮੇ ਹੈ, ਮਟੈਲਿਟੀ ਸਾਡੇ ਜ਼ਿੰਮੇ ਹੈ, ਬਾਲਣ ਦਾ ਖਰਚਾ ਸਾਡੇ ਜ਼ਿੰਮੇ ਹੈ। ਉਹਨਾਂ ਨੂੰ ਇਹ ਫਾਇਦਾ ਹੋਏਗਾ ਕਿ ਮਾਲ ਚੁੱਕਣਗੇ ਅਤੇ ਲੈ ਕੇ ਆਪਣੇ ਘਰ ਜਾ ਕੇ 4-4 ਹਜ਼ਾਰ ਚੂਜ਼ਾ ਲੈ ਕੇ ਆਪਣੇ ਘਰ ਚਲ ਜਾਣਗੇ। 12 ਦਿਨ ਦਾ ਚੂਜ਼ਾ ਜਦੋਂ ਘਰ ਜਾਏਗਾ, ਤੁਹਾਨੂੰ ਘਰ ਫਿਰ ਕੀ ਕੀ ਚਾਹੀਦਾ ਹੋਏਗਾ? ਉਹਨੂੰ
जाके सिर्फ फीड पानी पानी धरना है बस, इस तो अलावा कोई चीज की जरूरत कोई नहीं। दवाइया उस तो बाद जे अगर सर्दी ना ला दे कोई बंदा या गर्मी ना ज्यादा हीट ना कर दे तेन कोई चीज की जरूरत कोई नहीं है, फीड बस पानी पाई जाए फीड पाई। अच्छा ज्यादा सर्दी या ज्यादा गर्मी भी डाढ़ी होंगी है भैड़ी होंगी है, यह दसो कि गर्मी भैड़ी होंगी है कि सर्दी भैड़ी होंगी है। जी सर्दी है ना वो टेंपरेचर कम से कम 25 तो थले उत्ते उत्ते रहना चाहिए। अच्छा थले नहीं आना चाहिए, उधरों 40 तो उत्ते नहीं जाना चाहिए, थले थले रहना चाहिए 35-36 एयरगेड 35-36 आइडियल टेंपरेचर। हाँ जी और जे तुसी ते दो भट्ठियां लाइया ने हाँ जी ते तुसी ते टेंपरेचर पूरा कर लिया। हाँ जी ते जिहड़े लोग घरां विच लै के जाणगे उहनां को रजाइयां दी ना देणियां ने? नहीं नहीं वह जाके उहनां को हीटर एक छोटा सेंटर उत्ते ला सकते हैं, वह थोड़ी जगह वेखो ना हड़वा ज़्यादा जगह है उन्होंने थोड़ी जगह घेर के उस ही अपना हीटर एक ला दें तो फर्स्ट क्लास हीट हो जाती। अच्छा तुम शार्टकट मारते पे हो तुम सिर्फ 12 दिन सेवा करते हो तो फिर मेवा खाते हो? नहीं अभी वड्डा भी कर रहे हैं माल, तुम्हें पता पिछले साल भी अभी वड्डा किया, हूँ भी एक फार्म या दो फार्म वड्डे करने ने। ए सफदर साहब जी फुल टाइम फार्मर ने, इस तो पहला भी तुम इन्हों जानते हो गोल्डन मिस्सी एक वड्डा तो मुतबर ना है, तो जनवरी के महीने में इन्हें 28,000 चूजे का फ्लॉक तैयार किया है। इन्हों का कहना लोगों वास्ते 10-12 दिन के जुड़े लोग रबता करेंगे उन्होंने। अच्छा दसो रबता कर तरीका है कि कोई बंदा पिछौर रबता करता कोई कराची रबता करता तो उत्थे तो मुमकिन नहीं? नहीं मुमकिन नहीं, उन्होंने खर्चा उन्होंने जो किराया होना उन्होंने होना है तो अं थोड़ी हेल्प कर सकेंगे 2-4,000 रुपया अं अपने को पा दिता इंज हो जाए। 28,000 जिंदगी की हिफाजत किंज करते पे हो तुम? शुक्र अलहमदुल्ला इन्ना मुश्किल काम नहीं है, फीड पाने टाइम हीट का ख्याल रखना है कोई एडा मुश्किल काम नहीं है, लोग समझते हैं पता नहीं किहड़ा कयामत आ जानी है, कोई टेंशन नहीं है किसी गल की, सिर्फ है कि हीट नहीं कटनी चाहिए। फुल टाइम करते पे हो या पार्ट टाइम करते पे हो? पार्ट टाइम कर रहे हैं पे होर भी काम ने साडे। तुम होर किहड़ा काम करदे हो भला? इस टाइम गुलाब साडे लगे ने जमीन दे विच तोड़ के वेच के आने हैं। लो जी गुलाब के फुल भी किसी ने चाहिए होंगे तो सफदर साहब नाल राबता कर सकते हैं। अच्छा गुलाब के फुल तो यह भी फुल ने माशाल्लाह। हाँ जी यह 11,000 फुल है इतने। हाँ जी तो दूसरे फार्म का टोटल 28,000 फुल लोगों वास्ते हाजिर है जी। हाजिर है ठीक है। यह दसो कि तुम दिन का कितना टाइम इन्हें दे रहे हो, रात का कितना टाइम दे रहे हो, जागते हो या सौ जाते हो? नहीं रात को जागना पैंदा है कि 2-3 घंटे बाद चक्कर लाना है, जो पहले दिन होंगे ना यह बड़े खतरनाक होंगे ने, बंदे अक्सर इतने गलती कर जाते हैं, जो थोड़ा जहा इतने सौ गया बंदा तो संभल चूजा भी नहीं बचना, चूजा भी सौ जाना। हाँ जी चूजा भी सौ जाना, जो चूजे तो पिछे फीड ही नहीं पूरी होनी। तुहाड़ी मोर्टैलिटी किन्नी कु हुंदी पई है? इह तकरीबन 18-20 चूजे होए ने, कल दा आया कल 12 बजे आया ही, अज तकरीबन 28 तरीक कल 27 ही। इन्हां दा एवरेज वेट की जे? इह तकरीबन 35 ग्राम होना। अच्छा किन्नियां वैक्सीना करके लोगों को चूजा दोगे? दो वैक्सीन करांगे, अगर करांगे तो दसांगे तो भी, जेकर ना करांगे तो भी दसांगे कि नहीं जी होई। तो यह थोड़े को कि नस्ल का चूजा है? एम सिल्वर गोल्डन। सिल्वर गोल्डन तो गोल्डन मिस्सी में की फर्क है भला? फर्क ये है कि थोड़ा वजन ज्यादा करता है, आंडा मोटा होता है, होर इस अलावा कोई फर्क नहीं है। तो 12 दिन का जो चूजा लोग थोड़े को लैके जाएंगे तो वह तकरीबन मजबूत हो गया होंगे? मजबूत हो गया होंगे, उस तो बाद मोर्टैलिटी तकरीबन खत्म हो जाती। अच्छा तुम दसते पे हो कि 12 अगर कोई बंदा या बंदी 1,000 चूजा लैके तो 1 महीने का या 2 महीने का करके बेचेंगे हाँ जी तो उन्होंने 40-50,000 रुपया बच जाएगा? इंशाल्लाह ताला जरूर बचेगा। तो अगर मोर्टैलिटी ना हो तो? अगर मोर्टैलिटी हुई तो फिर तो कम मोर्टैलिटी होती इस सूरत उत्ते ही है, अगर तुम हीट ज़्यादा कर दी या ठंड ज़्यादा कर दी ये वजह ना हो सकती है, उस तरह इन्हों कुछ भी नहीं होंगे। ठीक है। अच्छा सफदर साहब यह 11,000 चूजे वास्ते जगह किन्नी है थोड़े को? 50-50 का फार्म है, 11-12 दिन का चूजा देना आसानी ना सेल हो जाए। तो नाल यह बालन का ढेर पिया है? हाँ जी ये रात का है, एक रात सिर्फ है, यह दोनों भट्ठिया पे है बालन, रात रात खत्म हो जाए। वो तीसरी भट्ठी नहीं चलाते? नहीं वो बंद है जी, यह दो भट्ठिया चल दी। पानी के किन्ने बर्तन रखे? 20 बर्तन पानी देने, 60 तकरीबन बर्तन देने पानी फीड वाले ने। 60 फीड वाले ने? हाँ जी। तो थले पाया चावल का छिलका? जी जी। मोटी तय हो छापर लाया जे? हाँ जी छापर लाया गए पार्टीशन करने वास्ते, फिर जो व्डा आएगा फिर उन्होंने पिछा कर देंगे वधाते जाओ। हाँ जी वधाते जाओ। तो बल्ब 3 कलाए ने तो भट्ठिया, असल चीज़ है टेंपरेचर ते ह्यूमिडिटी। हाँ जी बिल्कुल। अच्छा 35 तू 40 तक गया तो खतरनाक? हाँ जी खतरनाक। 25 तू थले आया तो खतरनाक? खतरनाक है। यानी कि मेन चीज़ है कि टेंपरेचर नू मैनेज, टेंपरेचर नू बिल्कुल। सफदर साहब तुहाडे को चूजा लैण दा तरीकेकार की है, घट तू घट किन्नी कु क्वांटिटी ते बुकिंग दा तरीकेकार की है? भाई कम से कम 500 चूजा अगर लैण आंदा उहनू आप ही आना पैणा, 1,000-2,000-1,500 चूजा वह तुहानू उत्थे पहुंचावांगे जिथे तुसीं कहोगे। ऐ कि किराए दा वाधा घाटा हो सकता है, जेकर तुसीं दूर कितें मंगवाउंदे हो तो उहदे विच किराया तुहानू ही पाउणा पैणा कुछ, मैं अपने कोल पावांगा।
अच्छा एड्रेस ते राबता नंबर दस्यो। मेरा सफदर अली मेरा नाम है, मलिया का तो मैं रहने वाला हाँ, तहसील डस्का है जिला सियालकोट है। दूजे नंबर से राबता करना हो किसी ने नंबर मेरा 0371773079 इस नंबर पर मेरी वट्सअप है। वट्सअप से अगर किसी ने राबता करना हो तो वह भी कर सकता, जिन्हें चूड़ा लेना हो वाकई वो टैलीफोन भी कर सकता। ठीक है, रात को 9 बजे तो बाद मैं टैलीफोन ना चुकना जे तो ना मैं कॉल करे क्योंकि मैं 9 बजे तो बाद सो जाना हूँ। सोएंगे माशाल्लाह, 5 वक्त की नमाज पढ़ते पे हो। हाँ जी, अल्लाह का शुक्र अदा करते पे हो। शुक्र ते फुल टाइम है काम करते पे हो। हाँ, ते साल का 10-12 लाख रुपये भी कमाते पे हो। शुक्र अल्हम्दुलिल्लाह अल्हम्दुलिल्लाह। लो सफदर साहब, फिर इंशाल्लाह तुहाडे कोल आवांगे, तुहाडी वाह वाह सारी मेहरबानी। ओके।